ਭਾਰਤ ਦੀ G20 ਪ੍ਰਧਾਨਗੀ ਤਹਿਤ 2 ਦਿਨ ਦੀ ਸਾਇੰਸ 20 ਕਾਨਫਰੰਸ ਅੱਜ ਤੋਂ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿਖੇ ਸ਼ੁਰੂ ਹੋਈ G20 ਦੀਆਂ ਮੀਟਿੰਗਾਂ ਦੇ ਇੱਕ ਹਿੱਸੇ ਵਜੋਂ ਹਰਿਤ ਭਵਿਕ ਲਈ ਸਵੱਛ ਊਰਜਾ ਵਿਸ਼ੇ ਤੇ ਹੋ ਰਹੀ ਇਸ ਸਾਇੰਸ ਕਾਨਫਰੰਸ ਵਿੱਚ 60 ਤੋਂ ਵੱਧ ਪ੍ਰਤੀਨਿਧ ਹਿੱਸਾ ਲੈ ਰਹੇ ਨੇ ਭਾਰਤ ਸਰਕਾਰ ਦੇ ਮੁੱਖ ਵਿਗਿਆਨਿਕ ਸਲਾਹਕਾਰ ਅਜੇ ਸੂਦ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਦੁਨੀਆ ਨੂੰ ਕਈ ਮੁੱਦਿਆਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਭਵਿੱਖ ਸੁਰੱਖਿਅਤ ਕਰਨ ਲਈ ਉਹਨਾਂ ਤੇ ਤੁਰੰਤ ਕਾਰਵਾਈ ਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਇਹਨਾਂ ਮੁੱਦਿਆਂ ਨੂੰ ਅੱਗੇ ਲਈ ਲਟਕਦਾ ਨਹੀਂ ਰੱਖਿਆ ਜਾ ਸਕਦਾ। ਅਜੇ ਸੂਦ ਨੇ ਕਿਹਾ ਕਿ ਕਾਨਫਰੰਸ ਵਿੱਚ ਤਿੰਨ ਉਪ ਵਿਸ਼ਿਆਂ ਤੇ ਚਰਚਾ ਹੋਵੇਗੀ ਜਿਨ੍ਹਾਂ ਵਿੱਚ ਪਹਿਲਾ ਹਰੀਤ ਹਾਈਡਰੋਜਨ ਨਾਲ ਸੰਬੰਧਿਤ ਹੈ।